ਸਾਰਿਆਂ ਨੂੰ ਹੀ ਸਿਰ ਬੇਨਤੀ ਕਰਦੇ ਹਾਂ ਕਿ ਮਹਾਨ ਆਗੂ ਸਤਕਾਰਯੋਗ ਸਾਹਿਬ ਕਾਂਸ਼ੀ ਰਾਮ ਜੀ ਜਿਨ੍ਹਾਂ ਦੇ 15 ਮਾਰਚ 2021 ਦੇ ਜਨਮ ਦਿਨ ਦੀਆਂ ਖੁਸ਼ੀਆਂ ਅਸੀਂ ਰਲ ਮਿਲ ਕੇ ਤੇ ਖਾਸ ਕਰਕੇ ਤਮਨ ਲਾਡੂ ਤੋਂ ਆਏ ਹੋਏ ਵੀਰਾਂ ਦੇ ਨਾਲ ਜੋ ਉਹਨਾਂ ਨੇ ਆਰਗੇਨਾਈਜ਼ ਕੀਤਾ ਇਹ ਮਾਰਚ ਜੋ ਅਨੰਦਪੁਰ ਸੁੱਤ ਲੈ ਕੇ ਕ੍ਰਿਤੀਪੁਰ ਬੁੰਗਾ ਸਾਹਿਬ ਉਹਨਾਂ ਦਾ ਜਨਮ ਸਥਾਨ ਜਿਹੜਾ ਹੈ ਉਸ ਤੱਕ ਪੈਦਲ ਮਾਰਚ ਕਰਕੇ ਲੋਕਾਂ ਨੂੰ ਜਾਗਰਿਤ ਕਰਨਾ ਗੁਰੂ ਪਿਆਰਿਓ ਮੈਂ ਸਾਰੇ ਸਿੱਖ ਵੀਰਾਂ ਨੂੰ ਇਹ ਬੇਨਤੀ ਕਰਾਂ ਆਪਣੇ ਵੱਲੋਂ ਸਿੱਖ ਪ੍ਰਚਾਰਕ ਹੁੰਦਿਆਂ ਹੋਇਆਂ ਕਿ ਕਾਂਸ਼ੀ ਰਾਮ ਜੀ ਉਹ ਮਹਾਨ ਹਸਤੀ ਨੇ ਜਿਨ੍ਹਾਂ ਨੇ ਇਹ ਡਿਕਲੇਅਰ ਕੀਤਾ ਸੀ ਕਿ ਮੇਰਾ ਮੈਨੀਫੈਸਟੋ ਮੇਰੀ ਪਾਰਟੀ ਦਾ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਇਸ ਲਈ ਜੋ ਉਹ ਮਹਾਨ ਆਗੂ ਜਿਨ੍ਹਾਂ ਨੇ ਜੋ ਗੁਰੂ ਸਾਹਿਬ ਦਾ ਜੋ ਫਰਮਾਨ ਸੀ ਕਿ ਨੀਚਾ ਅੰਦਰ ਨੀਤ ਜਾਤ ਨੀਚੀ ਹੂੰ ਅਤ ਨੀਤ ਨਾਨਕ ਜੀ ਨੇ ਕਹ ਸੰਗ ਸਾਥ ਵੱਡਿਆਂ ਸਿਓ ਕਹਿ ਰੀਸ ਉਸ ਦਾ ਮਾਣ ਤਾਨ ਰੱਖਦਿਆਂ ਹੋਇਆਂ ਇਹ ਮਹਾਨ ਬਚਨ ਕਹਿ ਸਨ ਇਸ ਲਈ ਆਓ ਰਲ ਮਿਲ ਕੇ ਆਪਣੇ ਉਹਨਾਂ ਮਹਾਂਪੁਰਸ਼ਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ ਤੇ ਉਹ ਬੇਗਮਪੁਰਾ ਸਿਰ ਜੀਏ ਉਹ ਜਿਹੜਾ ਖਾਲਸਾ ਰਾਜ ਜਿਹੜਾ ਜਿਸ ਦੇ ਵਿੱਚ ਸਭੇ ਸਾਂਝੀ ਵਾਲ ਸਦਾਇਨ ਦੀ ਸੋਚ ਹੋਵੇ ਜਿਸ ਦੇ ਵਿੱਚ ਸਰਬੱਤ ਦੇ ਭਲੇ ਦੀ ਸੋਚ ਸਰਬੱਤ ਦੀ ਬਰਾਬਰੀ ਦੀ ਸੋਚ ਹੋਵੇ ਉਹ ਸਥਾਪਿਤ ਕਰੀਏ ਜਿੱਥੇ ਸਾਰੇ ਹੀ ਜਿਹੜੇ ਹੈ ਭਰਾ ਹੋਣ ਇੱਕ ਪਿਤਾ ਇੱਕ ਸਕੇ ਹਮ ਬਾਰਕ ਦੇ ਰੂਪ ਦੇ ਵਿੱਚ ਜਿੱਥੇ ਕੋਈ ਨਾ ਕੋਈ ਬੈਰੀ ਨਾ ਹੀ ਬਗਾਨਾ ਸਗਰ ਸੰਗ ਹਮਕੋ ਬਣਾਈ ਉਹ ਸਥਾਪਿਤ ਕਰਨ ਵਾਸਤੇ ਇਹ ਮਾਰਚ ਆਯੋਜਨ ਕੀਤਾ ਜਾ ਰਿਹਾ ਹੈ ਸਾਰਿਆਂ ਨੂੰ ਹੀ ਦਾਸ ਗੁਰਮੀਤ ਸਿੰਘ ਗੌਰ ਵੱਲੋਂ ਵੀ ਸਨਿਮਰ ਸੱਦਾ ਹੈ ਮੈਂ ਵੀ ਸ਼ਾਮਲ ਹੋਵਾਂਗਾ ਔਰ ਆਲ ਮਿਲ ਕੇ ਸ਼ਾਮਲ ਹੋਈਏ ਤੇ ਨਵੀਂ ਸਵੇਰ ਜਿਹੜੀ ਹੈ ਉਸ ਦਾ ਉਜਾਲਾ ਉਸ ਦਾ ਲਵਾਲਾ ਜਿਹੜਾ ਹੋਣ ਜਾ ਰਿਹਾ ਔਰ ਇਹ ਸੂਰਜ ਜਿਹੜਾ ਚੜ੍ਹ ਕੇ ਰਹੇਗਾ ਇਨੀਆਂ ਬੇਨਤੀਆਂ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ